नरोट जैमल सिंह ने जंगली सांबर पकड़कर लोगों ने वन विभाग के अधिकारियों को सौंप दिया। जानकारी मुताबिक जंगल से भागकर एक सांबर रिहायशी इलाके में लोगों के घरों में जा घुसा, जिसे लोगों ने पकड़कर वन्य विभाग के अधिकारियों के हवाले कर दिया। इस रेस्क्यू ऑपरेशन के दौरान किसी भी तरह की जान और माल को नुकसान नहीं पहुंचा। ਮੇਰਾ ਨਾਮ ਸੁਸ਼ੀਲ ਕੁਮਾਰ ਜੀ। ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਸੀਗੀ ਅਤੇ ਕਿਸੇ ਦੇ ਘਰ 'ਚ ਹੀ ਵੜ ਗਏ ਦਾ, ਅਸੀਂ ਰੈਸਕਿਊ ਕੀਤਾ, ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਅਤੇ ਅਸੀਂ ਕਰਕੇ ਅਤੇ ਹੁਣ ਸੈਂਚਰੀ 'ਚ ਛੱਡਣਾ ਇਹਨੂੰ। ਮੈਂ ਧਰਮਪਾਲ, ਸਪੁੱਤਰ ਸ਼੍ਰੀ ਰੁਦੂ ਰਾਮ ਵਾਸੀ, ਝੁੰਬੜ ਤਰਫਨ ਰੋਡ ਜਾਮ ਸਿੰਘ ਦਾ ਰਹਿਣ ਵਾਲਾ ਜੀ। ਅਸੀਂ ਘਰ ਸੁੱਤੇ ਸੀ ਅਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆ ਵੜਿਆ ਅਤੇ ਮੈਂ ਕਮਰੇ ਨੂੰ ਲਾਕ ਕਰਤਾ ਅਤੇ ਪੁਲਿਸ ਨੂੰ ਸੂਚਿਤ ਕਰਤਾ। ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਦੇ ਨੇ, ਪਰ ਜਾਨਵਰ ਵੱਡਾ ਗੱਡੀ ਨਾ ਹੋਣ ਕਾਰਨ ਇਹ ਜਾਨਵਰ ਫੜਨ ਤੋਂ ਅਸਮਰਥ ਨੇ ਅਤੇ ਗੱਡੀ ਦੀ ਵੇਟ ਕਰ ਰਹੇ ਹਾਂ ਜੀ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹੋਸਪਿਟਲ ਬੁੰਗਲ 'ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ 'ਚ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ, ਤੁਹਾਡੇ ਦੁੱਖ ਸੁੱਖ 'ਚ ਹਾਜ਼ਰ ਹੈ। ਧੰਨਵਾਦ।